ਸਾਡੀ ਟੀਮ ਗਰੁੱਪ ਨੰਬਰ 4 ਮਿੱਟੀਆਂ ਦੇ ਉੱਪਰ ਰੋਲ ਪਲੇ ਅਦਾ ਕਰਨ ਜਾ ਰਹੀ ਹੈ। ਸਭ ਤੋਂ ਪਹਿਲਾਂ ਰੋਲ ਪਲੇ ਕਰਨ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਮਿੱਟੀ ਕੀ। ਸੋ ਬੇਟਾ ਛੋਟੇ ਥੋੜੇ ਸ਼ਬਦਾਂ ਦੇ ਵਿੱਚ ਜਿਹੜੀ ਚਟਾਨਾਂ ਦੀ ਟੁੱਟ ਭੱਜ ਹੁੰਦੀ ਹੈ ਉਹ ਤੋਂ ਬਣਦੀ ਹੈ ਮਿੱਟੀ। ਸੋ ਇਹਦੇ ਜੈਵਿਕ ਰਸਾਇਣਿਕ ਬਹੁਤ ਸਾਰੇ ਕਾਰਨ ਹੁੰਦੇ ਹਨ ਔਰ ਇਹਦੇ ਵਿੱਚ ਇੱਕ ਉਪਜਾਊ ਸ਼ਕਤੀ ਹੁੰਦੀ ਹੈ ਜਿਹੜੀ ਬਨਸਪਤੀ ਲਈ ਬਹੁਤ ਵਧੀਆ ਹੁੰਦੀ ਹੈ। ਬਾਕੀ ਪੂਰੇ ਸੰਸਾਰ ਦੇ ਵਿੱਚ ਬਹੁਤ ਪ੍ਰਕਾਰ ਦੀ ਮਿੱਟੀ ਮਿਲਦੀ ਹੈ, ਉਹਨਾਂ ਵਿੱਚੋਂ ਅਸੀਂ ਕੁਝ ਮਿੱਟੀਆਂ ਦਾ ਐਕਸਪਲੇਨ ਤੁਹਾਡੇ ਸਾਹਮਣੇ ਰੋਲ ਪਲੇ ਰਾਹੀਂ ਕਰਨ ਜਾ ਰਹੇ ਹਾਂ। ਮੈਂ ਜਲੋੜੀ ਮਿੱਟੀ ਹਾਂ, ਮੈਂ ਭਾਰਤ ਦੀ ਸਭ ਤੋਂ ਉਪਜਾਊ ਮਿੱਟੀ ਹਾਂ। ਮੇਰੇ ਅੰਦਰ ਬਨਸਪਤੀ ਖਿਲ ਉੱਠਦੀ ਹੈ। ਇਸ ਤੋਂ ਇਲਾਵਾ ਮੇਰਾ ਨਿਰਮਾਣ ਦਰਿਆਵਾਂ ਦੁਆਰਾ ਲਿਆਂਦੀ ਗਈ ਮਿੱਟੀ ਨਾਲ ਹੁੰਦਾ ਹੈ। ਮੈਂ ਭਾਰਤ ਦੇ ਉੱਤਰੀ ਭਾਗਾਂ ਅਤੇ ਪ੍ਰਾਇਦੀਪੀ ਭਾਗਾਂ ਵਿੱਚ ਮਿਲਦੀ ਹਾਂ। ਮੇਰੇ ਦੁਆਰਾ ਨਵ ਨਿਰਮਿਤ ਮਿੱਟੀ ਨੂੰ ਖਾਡਰ ਕਿਹਾ ਜਾਂਦਾ ਹੈ ਅਤੇ ਉੱਪਰਲੇ ਭਾਗਾਂ ਦੁਆਰਾ ਜਿਹੜੀ ਬਣਦੀ ਸੀ ਮਿੱਟੀ ਉਹਨੂੰ ਬਾਂਗਰ ਕਿਹਾ ਜਾਂਦਾ ਹੈ। ਮੇਰੇ ਭਾਰਤ ਦੇ ਮੁੱਖ ਖੇਤਰ ਹਨ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ। ਮੈਂ ਬਹੁਤ ਉਪਜਾਊ ਮਿੱਟੀ ਹਾਂ ਔਰ ਭਾਰਤ ਦੀ ਸਭ ਤੋਂ ਉਪਜਾਊ ਮਿੱਟੀ ਹਾਂ। ਧੰਨਵਾਦ। ਮੈਂ ਕਾਲੀ ਮਿੱਟੀ ਹਾਂ, ਮੈਨੂੰ ਰੇਗੜ ਮਿੱਟੀ ਵੀ ਕਿਹਾ ਜਾਂਦਾ ਹੈ, ਮੈਂ ਜਵਾਲਾਮੁਖੀ ਤੋਂ ਬਣੀ। ਮੇਰੇ ਵਿੱਚ ਮੁੱਗੇ ਅਤੇ ਨੀਲ ਕਣਾਂ ਵਾਲੀ ਕਾਲੇ ਰੰਗ ਦੀ ਮਿੱਟੀ ਪਾਈ ਜਾਂਦੀ ਹੈ ਅਤੇ ਬਹੁਤ ਉਪਜਾਊ ਹੈ। ਇਸ ਨੂੰ ਪਾਈ ਮਿੱਟੀ ਵੀ ਕਿਹਾ ਜਾਂਦਾ। ਇਸ ਵਿੱਚ ਨਮੀ ਦੀ ਕਾਫ਼ੀ ਮਾਤਰਾ ਹੁੰਦੀ ਹੈ ਜੋ ਕਾਫ਼ੀ ਸਮੇਂ ਤੱਕ ਇਸ ਨੂੰ ਸੁਰੱਖਿਅਤ ਰੱਖ ਸਕਦੀ ਹੈ। ਇਹ ਭਾਰਤ ਦੇ ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼, ਤਾਮਿਲਨਾਡੂ ਅਤੇ ਗੁਰਮ ਅਤੇ ਕੁਝ ਖੇਤਰਾਂ ਵਿੱਚ ਪਾਈ ਜਾਂਦੀ ਹੈ। ਮੈਂ ਲਾਲ ਮਿੱਟੀ ਹਾਂ, ਲੋਕ ਸਾਹਿਤ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਮੇਰਾ ਰੰਗ ਲਾਲ ਹੁੰਦਾ ਹੈ, ਪਰ ਮੈਂ ਘੱਟ ਉਪਜਾਊ ਹਾਂ। ਪਰ ਜ਼ਿਆਦਾ ਖਾਦਾਂ ਦੀ ਵਰਤੋਂ ਕਰਕੇ ਜਿਹੜੀ ਫਸਲਾਂ ਦੀ ਉਪਜ ਆ ਉਹ ਆਪਾਂ ਵਧਾ ਸਕਦੇ ਹਾਂ। ਮੈਂ ਤਾਮਿਲਨਾਡੂ, ਮੱਧ ਪ੍ਰਦੇਸ਼ ਅਤੇ ਇਸ ਤਰ੍ਹਾਂ ਦੀ ਪਾਈ ਹੈ। ਮੈਂ ਲੈਟਰਾਈਟ ਮਿੱਟੀ ਹਾਂ, ਮੈਂ ਗਰਮ ਅਤੇ ਸਿੱਲੇ ਪ੍ਰਦੇਸ਼ਾਂ ਵਿੱਚ ਪਾਈ ਜਾਂਦੀ ਹਾਂ ਜਿੱਥੇ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ। ਬਹੁਤ ਜ਼ਿਆਦਾ ਵਰਖਾ ਅਤੇ ਉੱਚੇ ਤਾਪਮਾਨ ਦੇ ਕਰਕੇ ਮੇਰੇ ਪੌਸ਼ਟਿਕ ਤੱਤ ਜਿਹੜੇ ਹੈਗੇ ਜ਼ਮੀਨ ਦੇ ਹੇਠਾਂ ਚਲੇ ਜਾਂਦੇ ਹਨ। ਇਸ ਪ੍ਰਕਿਰਿਆ ਨੂੰ